ਅੰਮ੍ਰਿਤਸਰ ਵਿਖੇ ਮਜੀਠਾ ਰੋਡ ਤੇ ਦਸ਼ਮੇਸ਼ ਪਰਿਵਾਰ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਛਬੀਲ ਲਗਾਈ ਗਈ। ਇਸ ਦੌਰਾਨ ਡਾਕਟਰ ਸੁਖਦੀਪ ਸਿੰਘ, ਡਾਕਟਰ ਸੁਖਵਿੰਦਰ ਸਿੰਘ, ਡਾਕਟਰ ਗੁਰਿੰਦਰਜੀਤ ਸਿੰਘ, ਵਿੱਕੀ ਹਰਿੰਦਰ ਸਿੰਘ ਆਦਿ ਮੌਜੂਦ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਸ਼ਹੀਦੀ ਜੋੜ ਮੇਲੇ ਉੱਤੇ ਅਸੀਂ ਇੱਥੇ ਦਸ਼ਮੇਸ਼ ਪਰਿਵਾਰ ਵੱਲੋਂ, ਸਮੂਹ ਦੇਸ਼ ਦਸ਼ਮੇਸ਼ ਪਰਿਵਾਰ ਵੱਲੋਂ ਇੱਥੇ ਛਬੀਲ ਦੀ ਸੇਵਾ ਲਈ ਜਾਂਦੀ ਹੈ। ਹਰ ਸਾਲ ਦੀ ਤਰ੍ਹਾਂ ਇੱਥੇ ਅੱਜ ਮਿੱਠੇ ਜਲ ਦੀ ਸੇਵਾ, ਪ੍ਰਸ਼ਾਦਿਆਂ ਦੀ ਸੇਵਾ, ਦਾਲ ਦੀ ਸੇਵਾ ਉਹ ਲਾਈ ਗਈ ਹੈ। ਆਪ ਜੀ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਗੁਰੂ ਸਾਹਿਬ ਆਪ ਸਹਾਈ ਹੋ ਕਰਕੇ ਅਤੇ ਸਾਰੇ ਆਪਣੇ ਦਸ਼ਮੇਸ਼ ਪਰਿਵਾਰ ਦੇ ਬੱਚਿਆਂ ਕੋਲੋਂ ਇਹ ਛਬੀਲ ਦੀ ਸੇਵਾ ਜਿਹੜੀ ਹੈ ਉਹ ਆਪ ਆਪਣਾ ਬੱਚਾ ਜਾਣ ਕਰਕੇ ਲੈਂਦੇ ਨੇ। ਮਿੱਠੇ ਜਲ ਦੀ ਸੇਵਾ ਉਪਰੰਤ ਲੰਗਰ ਦੀ ਸੇਵਾ ਜਿਹੜੀ ਹੈ ਉਹ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੰਗਤਾਂ ਦੇ ਵਾਸਤੇ ਲਗਾਈ ਜਾਂਦੀ ਹੈ। ਉਹ ਇਸ ਸਾਲ ਵੀ ਉਸੇ ਲੜੀਵਾਰ ਪ੍ਰੋਗਰਾਮ ਨੂੰ ਜਾਰੀ ਕਰਦੇ ਹੋਏ ਹਾਂ। ਇਸ ਵਾਰ ਦਾ ਪ੍ਰੋਗਰਾਮ ਵੀ ਜਿਹੜਾ ਭੰਡਾਰੀ ਹਸਪਤਾਲ ਦਾ ਬਿਲਕੁਲ ਬਾਹਰ ਲੰਗਰ ਦਾ ਪਲੱਸ ਛਬੀਲ ਦਾ ਜਿਹੜਾ ਪ੍ਰੋਗਰਾਮ ਹੈ ਉਹ ਲੀਕਿਆ ਗਿਆ ਹੈ ਅਤੇ ਸੰਗਤਾਂ ਜਿਹੜੀਆਂ ਨੇ ਪੂਰੇ ਸ਼ਰਧਾ ਦੇ ਨਾਲ ਛੱਕ ਰਹੀਆਂ ਨੇ, ਸ਼ਰਧਾ ਨਾਲ ਬਣਾ ਰਹੀਆਂ ਨੇ, ਸ਼ਰਧਾ ਨਾਲ ਛੱਕ ਰਹੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦੀ ਮਿਹਰ ਦੇ ਨਾਲ, ਬਖਸ਼ਿਸ਼ ਦੇ ਨਾਲ ਪਾਤਸ਼ਾਹ ਨੇ ਮਿਹਰ ਬਖਸ਼ੀ ਹੈ, ਕਿਰਪਾ ਬਖਸ਼ੀ ਹੈ, ਆਪਣੇ ਸਭ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਿਆ। ਉਹਨਾਂ ਨੇ ਹਰ ਸਾਲ ਦੀ ਤਰ੍ਹਾਂ ਸਾਨੂੰ ਅੱਜ ਫਿਰ ਮੌਕਾ ਦਿੱਤਾ ਹੈ ਸ਼ਹੀਦੀ ਜੋੜ ਮੇਲੇ ਦੇ ਉੱਤੇ ਸਾਨੂੰ ਛਬੀਲ ਦੀ, ਮਿੱਠੇ ਜਲ ਦੀ ਛਬੀਲ ਦਾ, ਲੰਗਰ ਦਾ, ਸੇਵਾ ਦਾ ਮੌਕਾ ਮਿਲਿਆ। ਅਤੇ ਸੰਗਤਾਂ ਆ ਰਹੀਆਂ ਨੇ, ਹੁੰਮ ਹੁੰਮ ਆ ਕੇ ਆਪਣਾ ਸਾਨੂੰ ਸਾਥ ਦੇ ਰਹੀਆਂ ਨੇ, ਸਾਡੇ ਪ੍ਰੇਮੀ ਸਾਡੇ ਨਾਲ ਨੇ, ਲੰਗਰ ਪ੍ਰਸ਼ਾਦੇ ਛੱਕ ਰਹੇ ਨੇ। ਅਤੇ ਆਪ ਸਭ ਨੂੰ ਬੇਨਤੀ ਹੈ ਕਿ ਤੁਸੀਂ ਵੀ ਆ ਕੇ ਆਪਣਾ ਕੀ ਕਹਿੰਦੇ ਨੇ ਇੱਥੇ ਇੱਥੇ ਪਹੁੰਚੋ ਸਾਡੇ ਕੋਲ ਅਤੇ ਲੰਗਰ ਪ੍ਰਸ਼ਾਦ ਛਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦਿਹਾੜੇ ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਸਮੂਹ ਦਸ਼ਮੇਸ਼ ਪਰਿਵਾਰ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਹੈ ਅਤੇ ਲੰਗਰ ਪ੍ਰਸ਼ਾਦਾ ਤਿਆਰ ਹੈ ਜੀ। ਪਰਮਾਤਮਾ ਇਸੇ ਤਰ੍ਹਾਂ ਚੜ੍ਹਦੀ ਕਲਾਂ 'ਚ ਬਖਸ਼ੀ ਬਖਸ਼ੇ, ਆਪਣੀ ਸੇਵਾ ਕਰਨ ਦਾ ਬਲ ਬਖਸ਼ੇ, ਸਮੂਹ ਪਰਿਵਾਰ ਦੇ ਸਿਰ 'ਤੇ ਮਿਹਰ ਭਰ ਹੱਥ ਰੱਖੇ, ਆਦੀਆਂ ਉਪਾਧੀਆਂ ਦੇ ਪੈਰੇ ਦੂਰ ਕਰਨੇ, ਆਪਣੇ ਪੈਰ ਲਾਣੇ, ਜੋ ਭਾਣਾ ਸੋ ਕਰਾਵੇ, ਜੋ ਨਾ ਭਾਣਾ ਸੋ ਨਾ ਕਰਾਵੇ, ਜੋ ਜਿਹਦੇ ਦਰ 'ਤੇ ਆਵੇ ਸੋ ਰਾਜੀ ਪ੍ਰਸੰਨ ਜਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।